ਸਭ ਤੋਂ ਪਹਿਲਾਂ ਜੀ ਆਪਣੇ ਕੋਲ ਆ ਗਈ ਜੀ ਮਰੂਤੀ ਵਾਈਟ ਕਲਰ ਦੇ ਵਿੱਚ ਦੋਸਤੋ, ਕੰਡੀਸ਼ਨ ਤੁਹਾਡੇ ਸਾਹਮਣੇ ਜੀ। ਇਹਦੇ 50% ਦੇ ਟਾਇਰ ਮੰਨ ਕੇ ਚਲੋ, 40-50%, ਬਾਕੀ ਗੱਡੀ ਦੀ ਕੰਡੀਸ਼ਨ ਸਾਰੀ ਓਕੇ ਹੈ। ਮਰੂਤੀ ਜੀ 2008 ਮਾਡਲ ਹੈ ਜੀ, ਕੰਡੀਸ਼ਨ ਨੂੰ ਚੰਗੀ ਤਰ੍ਹਾਂ ਗੱਡੀ ਦੀ ਦੇਖ ਲਓ। ਅਤੇ ਅੱਜ ਦੀ ਇਹਦੇ ਵਿੱਚ ਨਾ ਵੀਡੀਓ ਦੇ ਵਿੱਚ ਆਪਾਂ ਜਿੰਨੇ ਵੀ ਗੱਡੀਆਂ ਦੇ ਰੇਟ ਦੱਸਾਂਗੇ, ਹੈ ਨਾ, ਜੇ ਕੋਈ ਪੰਜਾਬ ਨੰਬਰ ਹੈ ਉਹਦਾ ਤਾਂ ਕੋਈ ਚੱਕਰ ਨਹੀਂ, ਹੈ ਨਾ, ਅਤੇ ਬਾਕੀ ਅਦਰ ਸਟੇਟ ਦੇ ਨੰਬਰ ਨੇ ਤਾਂ ਆਪਾਂ ਵਿਦ ਪੰਜਾਬ ਨੰਬਰ ਲਵਾ ਕੇ ਰੇਟ ਦੱਸਾਂਗੇ। ਜਿਵੇਂ ਕਿ ਗੱਡੀ ਤੋਂ ਕੰਡੀਸ਼ਨ ਤੁਹਾਨੂੰ ਦੇਖ ਹੀ ਲਈ, ਹੈ ਨਾ, ਇੱਕ ਵਾਰੀ ਪਿੱਛੋਂ ਵੀ ਦੇਖ ਲਓ, ਇੱਕ ਵਾਰੀ ਡਰਾਈਵਰ ਸਾਈਡ ਦੇ ਲਈ ਕੋਈ ਲੱਗੀ ਟੱਚੀ, ਹੈ ਨਾ, ਕੋਈ ਐਕਸੀਡੈਂਟਲ ਕੁਛ ਵੀ ਹੋ ਸਕਦਾ। ਸੋ 8 ਮਾਡਲ ਹੈ ਜੀ ਗੱਡੀ, ਇੱਕਦਮ ਓਕੇ ਹੈ, ਕੰਡੀਸ਼ਨ ਓਕੇ ਹੈ। ਪੰਜਾਬ ਦਾ ਨੰਬਰ ਲਵਾ ਕੇ ਗੱਡੀ ਦਾ ਰੇਟ ਹੈ ਜੀ 65,000 ਰੁਪਈਆ। ਗੱਡੀ ਸਾਰੀ ਓਕੇ ਹੈ, ਜੋ ਮੈਂ ਵੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਹਾਂਜੀ ਦੋਸਤੋ, PV13 ਪ੍ਰੋਡਕਸ਼ਨ ਤੁਹਾਡੇ ਸਭ ਦਾ ਸਵਾਗਤ ਹੈ। ਅੱਜ ਦੀ ਵੀਡੀਓ ਬਹੁਤ ਵਧੀਆ ਹੋਣ ਵਾਲੀ ਦੋਸਤੋ, ਕਿਉਂਕਿ ਅੱਜ ਆਪਣੇ ਕੋਲ ਮਿਕਸ ਗੱਡੀਆਂ ਹੋਣਗੀਆਂ, ਮਰੂਤੀ, ਜੈਨ, ਅਲਟੋ, ਠੀਕ ਹੈ, ਸਵਿਫਟ ਵਰਗੀਆਂ ਗੱਡੀਆਂ, ਬਹੁਤ ਸਾਰੀਆਂ ਗੱਡੀਆਂ ਦੀ ਵਰਾਇਟੀ ਹੈ। ਅੱਜ ਆਪਾਂ ਜੀ ਮਤਲਬ ਬਾਥਕਾਰ ਬਾਜ਼ਾਰ ਦੇ ਵਿੱਚ ਆਏ ਨੇਗੇ, ਜ਼ਿਮੀਦਾਰ ਜੱਟਾਂ ਦਾ ਸਟੋਕ ਹੈ, ਗੱਡੀਆਂ ਵੀ ਤੁਹਾਨੂੰ ਬਹੁਤ ਹੀ ਵਧੀਆ ਮਿਲਣਗੀਆਂ। ਇੱਕ ਛੋਟੀ ਜਿਹੀ ਰਿਕੁਐਸਟ ਹੈ ਜੀ, ਨੀਚੇ ਤੁਹਾਨੂੰ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਿਖ ਰਹੇਗਾ, ਪਲੀਜ਼ ਉਹਦੇ ਇੱਕ ਵਾਰੀ ਕਰ ਦਿਓ ਕਲਿੱਕ, ਅਤੇ ਜੇ ਵੀਡੀਓ ਵਧੀਆ ਲੱਗੀ ਯਾਰ ਸ਼ੇਅਰ, ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ। ਸੋ ਲਾਸਟ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਨਾ, ਆਪਾਂ ਸ਼ੋਪ ਦੇ ਅੰਦਰ ਨਾਲ ਬੈਠਾਂਗੇ, ਜਿੰਨੀਆਂ ਵੀ ਤੁਹਾਡੀਆਂ ਕੁਐਰੀ ਨੇ ਸਭ ਕੁਛ ਉਹਨਾਂ ਦੇ ਸਾਹਮਣੇ ਆਪਾਂ ਗੱਲਬਾਤ ਕਰਾਂਗੇ। ਸੋ ਗੱਡੀਆਂ ਇੰਜੋਏ ਕਰੋ, ਜੇ ਵਧੀਆ ਲੱਗੀਆਂ ਹੈ ਨਾ ਯਾਰ ਕਮੈਂਟ ਜ਼ਰੂਰ ਕਰਦਿਆ ਕਰੋ, ਅਤੇ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ। ਸੋ ਪਲਾਸ ਦੇ ਮਿਲਾਂਗੇ ਜੀ ਸ਼ੋਪ ਦੇ ਅੰਦਰ ਨਾਲ, ਉਹਨਾਂ ਨਾਲ ਕਰਾਂਗੇ ਗੱਲਬਾਤ ਗੱਡੀਆਂ ਬਾਰੇ ਡਿਟੇਲ ਜੋ ਵੀ ਕੁਛ ਹੋਊਗੀ। ਸੋ ਥੈਂਕ ਯੂ ਜੀ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਅਲਟੋ ਬਲੈਕ ਕਲਰ ਦੇ ਵਿੱਚ ਦੋਸਤੋ, ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਅਤੇ ਦੋਸਤੋ ਇਸ ਵੀਡੀਓ ਦੇ ਵਿੱਚ ਯਾਰ ਮਤਲਬ ਮੋਸਟਲੀ 90% ਗੱਡੀਆਂ ਓਰੀਜਨਲ ਨੇ। ਜੇ ਕੋਈ ਗੱਡੀ ਕਿਤੋਂ ਕੋਈ ਪੇਂਟ ਹੈ, ਕੋਈ ਪਾਰਟ ਨਾ ਇਹਦਾ ਮਤਲਬ ਲੱਗਿਆ ਵੀ ਹੋਊਗਾ, ਕੋਈ ਸਾਈਡਾਂ ਪੇਂਟ ਹੋਣਗੀਆਂ, ਤਾਂ ਸ਼ੋਪ ਦੇ ਓਨਰ ਤੁਹਾਨੂੰ ਖੁੱਲ੍ਹ ਕੇ ਦੱਸਣਗੇ ਵੀ ਆਹ ਗੱਡੀ ਦੀ ਆਹ ਸਾਈਡ ਪੇਂਟ ਹੈ, ਇਹਦਾ ਇੰਨਾ ਪ੍ਰਾਈਜ਼ ਹੈ। ਚੈੱਕ ਵੀ ਕਰ ਸਕਦੇ ਹੋ, ਮਤਲਬ ਤੁਹਾਡੇ ਤੋਂ ਕੋਈ ਚੀਜ਼ ਲੁਕੋਈ ਨਹੀਂ ਜਾਊਗੀ। ਸਭ ਤੋਂ ਵਧੀਆ ਮੈਨੂੰ ਗੱਲ ਇਹਨਾਂ ਦੀ ਇਹ ਲੱਗੀ, ਇਹਨਾਂ ਨੇ ਫੁੱਲ ਫਰੀਡਮ ਦੇ ਨਾਲ ਇਹ ਗੱਲ ਕਹੀ ਹੈ ਵੀ ਜੀ ਜੂ ਜੀ ਪੇਂਟ ਹੋਊਗੀ ਨਾ, ਪਤਾ ਵੀ ਨਹੀਂ ਲੱਗਦਾ, ਬਟ ਆਪਾਂ ਦੱਸਾਂਗੇ। ਅਲਟੋ ਹੈ ਜੀ ਇਹ 8 ਮਾਡਲ, ਪੰਜਾਬ ਦਾ ਨੰਬਰ ਲਵਾ ਕੇ 1,10,000 ਰੁਪਏ ਦੀ ਡਿਮਾਂਡ ਹੈ। ਕੋਈ ਫਿਕਸ ਪ੍ਰਾਈਜ਼ ਨਹੀਂ ਗਾ, ਓਨ ਦੀ ਟੇਬਲ ਨੈਗੋਸ਼ੀਏਬਲ ਘੱਟ ਜਾਣਗੇ। ਐਗਜ਼ੈਲੋ ਗੱਡੀ ਜੀ ਮਹਿੰਦਰਾ ਦੀ, PV13 ਸੰਗਰੂਰ ਨੰਬਰ ਹੈ ਜੀ ਇਹ। ਸਾਰੀ ਗੱਡੀ ਓਰੀਜਨਲ ਹੈ, ਇਹ ਕੰਡੀਸ਼ਨ ਦੇਖ ਲਓ ਇੱਕ ਵਾਰੀ ਚੰਗੀ ਤਰ੍ਹਾਂ, ਹੈ ਨਾ, ਗੱਡੀ ਨੂੰ ਅੰਦਰੋਂ ਬਾਹਰੋਂ ਟਾਇਰ, ਕੋਈ ਪਾਰਟ ਮਿਸਿੰਗ, ਕੋਈ ਪਾਰਟ ਐਕਸੀਡੈਂਟ, ਕਿਉਂਕਿ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਗੱਡੀ ਲੈਣ ਤੋਂ ਪਹਿਲਾਂ। ਇੰਜਨ ਗੇਅਰ ਓਇਲ ਦੀ ਫੁੱਲ ਗਰੰਟੀ ਹੋਊਗੀ ਜੀ ਇੱਥੇ, ਠੀਕ ਹੈ ਜੀ। ਬਾਕੀ ਗੱਡੀ ਦੀ ਕੰਡੀਸ਼ਨ, ਮੇਰਾ ਜੋ ਫਰਜ਼ ਬਣਦਾ ਹੁੰਦਾ ਨਾ ਯਾਰ, ਮੈਂ ਤੁਹਾਨੂੰ ਗੱਡੀ ਅੰਦਰੋਂ ਬਾਹਰੋਂ, ਮੇਰਾ ਬਸ ਚੱਲੇ ਮੈਂ ਗੱਡੀ ਖੋਲ੍ਹ ਕੇ ਤੱਕ ਦਿਖਾ ਦਾਂ ਤੁਹਾਨੂੰ, ਬਟ ਇੰਨਾ ਆਪਾਂ ਨੂੰ ਟਾਈਮ ਦਿੰਦੇ ਨੇ ਇਹ। ਸੋ ਐਗਜ਼ੈਲੋ ਗੱਡੀ ਜੀ 2010 ਮਾਡਲ ਹੈ, ਪੰਜਾਬ ਨੰਬਰ ਹੈ ਗੱਡੀ, ਠੀਕ ਹੈ ਜੀ। ਸਾਰੀ ਗੱਡੀ ਓਰੀਜਨਲ ਹੈ, ਸਾਰੀ ਗੱਡੀ ਓਕੇ ਹੈ, ਜੈਨੂਅਲ ਹੈ, ਇੰਜਨ ਗੇਅਰ ਓਇਲ ਦੀ ਫੁੱਲ ਗਰੰਟੀ ਹੈਗੀ। ਕੰਡੀਸ਼ਨ ਤੁਹਾਡੇ ਸਾਹਮਣੇ ਹੈ, 2010 ਮਾਡਲ, 2,20,000 ਰੁਪਇਆ ਗੱਡੀ ਦੀ ਡਿਮਾਂਡ ਹੈ। ਇੱਕ ਵਾਰੀ ਗੱਡੀ ਨੂੰ ਚਾਰੋਂ ਤਰਫ ਚੰਗੀ ਤਰ੍ਹਾਂ ਜ਼ਰੂਰ ਦੇਖ ਲਿਆ ਕਰੋ, ਕਿਉਂਕਿ ਵੀਡੀਓ ਦੇ ਵਿੱਚ ਜੋ ਤੁਹਾਨੂੰ ਦਿਖਾਊਗਾ ਉਹੀ ਐਕਚੁਅਲ ਦੇ ਵਿੱਚ ਉੱਥੇ ਮਿਲੇ, ਹੈ ਨਾ, ਕਿਉਂਕਿ ਜ਼ਰੂਰੀ ਨੇ ਸਭ ਕੁਛ ਚੀਜ਼ਾਂ। ਫਰੰਟ ਲੁੱਕ ਦੇਖ ਲਓ ਜੀ, ਹੈ ਨਾ, ਸਾਈਡਾਂ ਲੁੱਕ ਦੇਖ ਲਿਆ ਕਰੋ, ਟਾਇਰ ਦੇਖਿਆ ਕਰੋ, ਅਤੇ ਅੰਦਰਲੀ ਕੰਡੀਸ਼ਨ ਵੀ ਦੇਖਿਆ ਕਰੋ। 2,20,000 ਡਿਮਾਂਡ ਸੀ ਐਗਜ਼ੈਲੋ ਦੀ 2010 ਮਾਡਲ ਲਈ। ਇਦੋਂ ਬਾਅਦ ਆਪਣੇ ਕੋਲ ਰਿਟਸ ਆ ਗਈ ਸਿਲਵਰ ਕਲਰ ਦੇ ਵਿੱਚ। ਟਾਇਰ ਦੀ ਗੱਲ ਕਰੀ, 70 ਪੈਸੇ ਟਾਇਰ ਪਏ ਇਹਨਾਂ ਦੇ। ਕੰਡੀਸ਼ਨ ਦੇਖ ਲਓ ਇੱਕ ਵਾਰੀ, ਇਹ ਹੈਗੀ ਇਹਦੀ ਲੈਫਟ ਸਾਈਡ ਦੀ ਲੁੱਕ ਹੈ। ਇੱਕ ਵਾਰੀ ਮੈਂ ਤੁਹਾਨੂੰ ਦੇ ਅੰਦਰਲੀ ਲੁੱਕ ਵੀ ਦਿਖਾ ਦਿੰਦਾ, ਕੋਈ ਪਾਰਟ ਟੁੱਟਿਆ ਹੋਇਆ, ਕੋਈ ਪਾਰਟ ਡੈਮੇਜ, ਕੋਈ ਸਕਰੈਚ, ਕੋਈ ਪਾਰਟ ਨਹੀਂ ਹੁੰਦਾ, ਠੀਕ ਹੈ ਜੀ। ਕਈ ਵਾਰ ਕੋਈ ਮੈਟ ਫਟਿਆ ਹੋਵੇ, ਸੀਟ ਕਵਰ ਫਟਿਆ ਹੋਵੇ, ਸੀਟ ਟੁੱਟੀ ਹੋਵੇ, ਸਾਈਡ ਵਾਲੀਆਂ ਡੋਰਾਂ, ਮੂਰਲਾ ਡੈਸ਼ਬੋਰਡ 'ਤੇ ਕੁਛ, ਮਤਲਬ ਸਭ ਕੁਛ ਦਿਖਾਉਣਾ ਮੇਰਾ ਫਰਜ਼ ਬਣਦਾ ਦੋਸਤੋ, ਕਿਉਂਕਿ ਯਾਰ ਗੱਡੀ ਰੋਜ਼ ਰੋਜ਼ ਲਿੱਤੀ ਨਹੀਂ ਜਾਂਦੀ, ਹੈ ਨਾ, ਰੋਜ਼ ਰੋਜ਼ ਪੈਸੇ ਖਰਚ ਨਹੀਂ ਕਰਤੇ ਜਾਂਦੇ। ਇੱਕ ਵਾਰੀ ਆਪਾਂ ਵਧੀਆ ਗੱਡੀ ਲੈ ਲਈ, ਆਪਾਂ ਨੂੰ ਵੀ ਸੰਤੁਸ਼ਟੀ ਹੋਣੀ ਚਾਹੀਦੀ ਕਿ ਹਾਂ ਯਾਰ ਐਕਚੁਅਲ ਦੇ ਵਿੱਚ ਇਹ ਗੱਡੀ ਹੈਗੀ ਸਿੱਧਾਂ ਦੀ। ਰਿਟਸ ਗੱਡੀ 2011 ਮਾਡਲ ਹੈ, ਵਿਦ ਨੰਬਰ ਦੇ ਨਾਲ 11 ਮਾਡਲ ਦਾ, 1,90,000 ਰੁਪਇਆ ਡਿਮਾਂਡ ਹੈ। ਦੁਬਾਰਾ ਫਿਰ ਕਹਿ ਦਿੰਦਾ ਜੀ, ਫਿਕਸ ਪ੍ਰਾਈਜ਼ ਨਹੀਂ ਹੈਗੇ, ਡਿਸਕਾਊਂਟ ਤੱਕ ਮਿਲ ਜੂਗਾ ਜੇ ਤੁਸੀਂ ਆਪਣੇ ਚੈਨਲ ਦੇ ਉੱਤੇ ਕਹਿੰਦੇ ਵੀ PV13 ਪ੍ਰੋਡਕਸ਼ਨ 'ਤੇ ਵੀਡੀਓ ਦੇਖੀ ਸੀਗੀ, ਅਤੇ ਸਾਨੂੰ ਡਿਸਕਾਊਂਟ ਵੀ ਮਿਲੂਗਾ। ਇਦੋਂ ਬਾਅਦ ਆਪਣੇ ਕੋਲ ਆ ਗਈ ਜੀ ਅਲਟੋ, ਇੱਕ ਹੋਰ ਆਈ ਵਾਈਟ ਕਲਰ ਦੇ ਵਿੱਚ, ਵਧੀਆ ਉਲਾਏ ਪਏ ਨੇ ਦੋਸਤ ਗੱਡੀ ਦੇ। ਇਹ ਗੱਡੀ ਵੀ ਇੱਕਦਮ ਕੰਡੀਸ਼ਨ ਵੀ ਬਹੁਤ ਵਧੀਆ ਲੱਗੀ ਮੈਨੂੰ, LXI ਮਾਡਲ ਹੈ, UP ਨੰਬਰ ਹੈ, ਵੀ ਨੰਬਰ ਦਾ ਵਹਿਮ ਬਿਲਕੁਲ ਵੀ ਨਾ ਕਰਿਓ, ਪੰਜਾਬ ਦਾ ਨੰਬਰ ਲਵਾ ਕੇ ਖੁਦ ਦੇਣਗੇ ਜੇ ਤੁਹਾਨੂੰ ਕਿਸੇ ਨੰਬਰ ਦੀ ਵੀ ਪ੍ਰੋਬਲਮ ਆ ਰਹੀ ਹੈ, ਠੀਕ ਹੈ ਜੀ। 2008 ਮਾਡਲ ਹੈ ਦੋਸਤੋ, ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਸੀਟਸ ਕਵਰ ਦੇਖ ਲਓ, ਮਤਲਬ ਯੂਨੀਕ ਜਿਹੇ ਸੀਟਸ ਕਵਰ ਯੂਜ਼ ਕੀਤੇ ਗਏ ਨੇ ਗੱਡੀ ਦੇ ਵਿੱਚ। ਗੱਡੀ ਦੀ ਕੰਡੀਸ਼ਨ ਇੱਕ ਵਾਰੀ ਆਪਾਂ ਚਾਰੋਂ ਤਰਫ ਵੀ ਦੇਖ ਲੈਂਦੇ, ਹੈ ਨਾ, ਸਾਈਡਾਂ, ਡੈਸ਼ਬੋਰਡ ਇਹਦਾ। ਸੋ ਫਰੰਟ ਲੁੱਕ ਆ ਦੇਖੋ ਜੀ, ਡੈਸ਼ਬੋਰਡ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਦੋਸਤੋ। ਗੱਡੀ ਚਲਾ ਕੇ ਦੇਖ ਲਉਂਗੇ ਨਾ, ਫੋਨ ਉੱਪਰ ਉੱਤੇ ਕੁਐਰੀ ਕਰ ਲਿਓ, ਹੈ ਨਾ, ਕੋਈ ਚੱਕਰ ਵਾਲੀ ਗੱਲ ਨਹੀਂ, ਕਿਉਂਕਿ ਸ਼ੋਪ ਦੇ ਅੰਦਰ ਹੀ ਬਹੁਤ ਹੀ ਖੁੱਲ੍ਹੇ ਸੁਭਾਅ ਦੇ ਨੇ, ਬਲੈਕ ਕਲਰ ਦੇ ਹੋਏ ਪਏ ਨੇ, ਬ੍ਰਾਂਡ ਨਿਊ ਟਾਇਰ ਨੇ ਗੱਡੀ ਦੇ।
ਤੁਹਾਡੇ ਸਾਹਮਣੇ ਹੈ। ਫਰੰਟ ਲੁੱਕ ਵੀ ਦਿਖਾ ਦਿੰਦਾ, 8 ਮਾਡਲ ਹੈ ਜੀ, ਪੰਜਾਬ ਦਾ ਨੰਬਰ ਲਵਾ ਕੇ 125 ਦੀ ਡਿਮਾਂਡ ਹੈ, ਫਿਕਸ ਪ੍ਰਾਈਜ਼ ਨਹੀਂ ਹੈਗਾ। ਦੁਬਾਰਾ ਫੇਰ ਕਹਿ ਦੇਣਾ, ਤੁਸੀਂ ਇਹ ਸੋਚੋਗੇ ਵੀ 125 ਬਹੁਤ ਹੀ ਮਤਲਬ ਫਿਕਸ ਪ੍ਰਾਈਜ਼ ਨਹੀਂ ਹੈਗਾ ਜੀ, ਘੱਟ ਜਾਣਗੇ ਔਨ ਦੀ ਟੇਬਲ ਹੈ, ਠੀਕ ਹੈ ਜੀ। ਗੱਡੀ ਖਰੀਦਣ ਦੇ ਟਾਈਮ ਇਸ ਤੋਂ ਬਾਅਦ ਆਪਣੇ ਕੋਲ ਹੈਗੀ ਸਵਿਫਟ ਇਕੱਲੀ। ਸਵਿਫਟ ਦਾ ਵੀਡੀਓ ਹੀ ਮਾਡਲ ਹੈ ਜੀ, ਇਹ 2010 ਮਾਡਲ ਆ ਸਵਿਫਟ ਦਾ, ਸਿਲਵਰ ਕਲਰ ਦੇ ਵਿੱਚ। ਕੰਡੀਸ਼ਨ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਿਓ ਨਾ, ਜੋ ਵੀ ਕੁਛ ਹੋਊਗਾ ਯਾਰ ਮੈਂ ਤੁਹਾਨੂੰ ਦਿਖਾਊਂਗਾ ਨਾ। ਮੈਂ ਅੰਦਰਲੀ ਲੁੱਕ ਤਾਂ ਦਿਖਾਉਂਦਾ ਹੁੰਦਾ, ਕਈ ਵਾਰ ਕੋਈ ਪਾਰਟ ਮਿਸਿੰਗ, ਕੋਈ ਪਾਰਟ ਡੈਮੇਜ, ਕੁਛ ਵੀ ਹੋ ਸਕਦਾ। ਸੋ ਆਹ ਦੇਖੋ ਜੀ, ਹੁਣ ਇਹਦਾ ਸਪੀਕਰ ਮਤਲਬ ਹੈਗਾ ਤਾਂ ਹੈਗਾ, ਉੱਪਰਲੀ ਜਾਲੀ ਫਟੀ ਹੋਈ ਹੈ, ਜ਼ਰੂਰੀ ਹੈ ਨਾ, ਇਹ ਵੀ ਇੱਕ ਤਰ੍ਹਾਂ ਦਾ ਪਾਰਟ ਕੋਈ ਮਿਸਿੰਗ ਹੀ ਹੈ। ਇਹਦਾ ਅੱਜ ਵਿੱਚ ਐਕਸਟਰਾ ਲੱਗੇ ਹੋਏ ਨਾ, ਬੈਕ ਸਾਈਡ 'ਤੇ ਫੱਟਾ ਲੱਗਿਆ, ਸਪੀਕਰ ਵੱਡੇ ਲੱਗੇ ਹੋਏ ਸੀ। ਸੋ ਇਹਦੀ ਡੈਸ਼ਬੋਰਡ ਦੀ ਲੁੱਕ ਦੇਖ ਲਓ ਜੀ, ਕੰਡੀਸ਼ਨ ਦੇਖ ਲਓ ਹੈ ਨਾ, ਕੋਈ ਪਾਰਟ ਟੁੱਟਿਆ, ਕੋਈ ਪਾਰਟ ਮਿਸਿੰਗ, ਕੁਛ ਵੀ ਹੈ ਨਾ। ਸਵਿਫਟ VDI 2010 ਮਾਡਲ ਹੈ, ਪੰਜਾਬ ਦਾ ਨੰਬਰ ਲਵਾ ਕੇ। ਇਸ ਗੱਡੀ ਦੀ ਡਿਮਾਂਡ ਹੈਗੀ ਜੀ 210,000 ਰੁਪਈਆ। ਗੱਡੀ ਦੀ ਕੰਡੀਸ਼ਨ ਇੱਕ ਵਾਰੀ ਚਾਰੋਂ ਤਰਫ ਜ਼ਰੂਰ ਦੇਖ ਲਿਆ ਕਰੋ ਹੈ ਨਾ, ਕਿਉਂਕਿ ਤੁਹਾਨੂੰ ਵੀਡੀਓ ਦੇ ਵਿੱਚ ਮੇਰਾ ਮੋਟਿਵ ਇਹੀ ਰਹਿੰਦਾ ਯਾਰ, ਵੀ ਤੁਸੀਂ ਤੁਹਾਡੀ ਰੂਹ ਖੁਸ਼ ਹੋ ਜੇ ਵੀਡੀਓ ਦੇਖ ਕੇ ਕਿ ਹਾਂ ਯਾਰ ਬਾਈ ਚੰਗੀ ਤਰ੍ਹਾਂ ਗੱਡੀ ਦਿਖਾ ਰਿਹਾ ਹੈ ਨਾ। ਮੇਰਾ ਕੀ ਹੈ, ਮੈਂ ਤੁਹਾਨੂੰ ਫਰੰਟ 'ਤੇ ਵੀ ਗੱਡੀ ਦਿਖਾ ਸਕਦਾ, ਬਟ ਮੇਰਾ ਮੋਟਿਵ ਇੱਦਾਂ ਦਾ ਨਹੀਂ ਹੁੰਦਾ, ਕਿਉਂਕਿ ਤੁਸੀਂ ਯਾਰ ਇੱਕ ਤਰ੍ਹਾਂ ਦਾ ਚਾਰੋਂ ਤਰਫ ਗੱਡੀ ਨੂੰ ਅੰਦਰੋਂ ਬਾਹਰੋਂ ਪ੍ਰੋਪਰ ਤਰੀਕੇ ਨਾਲ ਜਾਂਚਣੀ ਜ਼ਰੂਰੀ ਹੈ। ਸੋ ਇਸ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਗੱਡੀ ਹੈ ਜੀ, ਇਹ ਆ ਵੀ ਆਪਣੇ ਕੋਲ ਆ ਗਈ ਜੀ ਸਵਿਫਟ ਹੈਗੀ 2016 ਮਾਡਲ, ਫੁੱਲ ਇਨਸ਼ੋਰਡ ਗੱਡੀ ਹੈ ਦੋਸਤੋ, ਸਾਰੀ ਦੀ ਸਾਰੀ ਗੱਡੀ ਟੋਟਲੀ ਓਰੀਜਨਲ ਹੈ, ਇੰਜਨ ਗੇਅਰ ਓਇਲ ਦੀ ਫੁੱਲ ਗਰੰਟੀ ਦੇ ਨਾਲ। ਕੰਡੀਸ਼ਨ ਤੁਹਾਡੇ ਸਾਹਮਣੇ ਜੀ ਹੈ ਨਾ, ਅੰਦਰੋਂ ਬਾਹਰੋਂ ਸਾਈਡਾਂ ਬੈਕ ਸਾਈਡ ਦੀ। UP ਨੰਬਰ ਹੈ ਦੋਸਤੋ ਇਹ, ਪੰਜਾਬ ਦਾ ਨੰਬਰ ਲਵਾ ਕੇ। ਇਸ ਗੱਡੀ ਦਾ ਰੇਟ ਹੈ ਜੀ 4,85,000 ਰੁਪਈਆ। ਸੋ ਗੱਡੀਆਂ ਤੁਹਾਡੇ ਸਾਹਮਣੇ ਨੇ ਹੈ ਨਾ ਜੀ, ਕਿਵੇਂ ਲੱਗੇ ਜੋ ਇੱਕ ਵਾਰੀ ਆਪਾਂ ਸ਼ੋਪ ਦੇ ਓਨਰ ਨਾਲ ਕਰਦੇ ਹਾਂ ਗੱਲਬਾਤ, ਜਿੰਨੀਆਂ ਵੀ ਤੁਹਾਡੀਆਂ ਕੁਐਰੀ ਨੇ ਸਾਰੀ ਉਹਨਾਂ ਦੇ ਕਰ ਦੇਣਾ ਡਿਸਕਸ਼ਨ। ਹਾਂਜੀ ਦੋਸਤੋ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਜੀ, ਆਪਾਂ ਸ਼ੋਪ ਦੇ ਓਨਰ ਕਰਮਜੀਤ ਸਿੰਘ ਜੀ ਕੋਲ ਬੈਠੇ ਹਾਂ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਗੱਡੀਆਂ ਤੁਸੀਂ ਦੇਖ ਲਈਆਂ ਹੋਣਗੀਆਂ ਨਾ, ਗੱਡੀਆਂ ਕਿਵੇਂ ਲੱਗੀਆਂ, ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਗੱਡੀਆਂ ਬਾਰੇ, ਪੇਪਰ ਵਰਕ ਬਾਰੇ। ਸੋ ਕਰਮਜੀਤ ਜੀ, ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਆਪਣੀ ਗੱਡੀਆਂ ਬਾਰੇ ਅਤੇ ਪੇਪਰ ਵਰਕ ਬਾਰੇ। ਸਤਿ ਸ਼੍ਰੀ ਅਕਾਲ ਵੀਰੇ, ਵੀਰੇ ਆਪਣੇ ਕੋਲ ਜਿਹੜੀ ਕੋਈ ਵੀ ਗੱਡੀ ਮਿਲੂਗੀ, ਪਹਿਲਾਂ ਤਾਂ ਆਪਾਂ ਉਹਦੇ ਪਿਆਉ ਦਾ ਨੰਬਰ ਲਵਾ ਕੇ ਦੇਵਾਂਗੇ ਤੁਹਾਡੇ ਨਾਮ ਕਰਾ ਕੇ, ਠੀਕ ਹੈ ਜੀ? ਠੀਕ ਹੈ ਜੀ। ਅਤੇ ਕਿਉਂਕਿ ਦੇਖੋ ਆਪਣੇ ਕੋਲ UP, ਦਿੱਲੀ, ਹਰਿਆਣਾ ਦੇ ਸਾਰੇ ਨੰਬਰ ਹੋਣਗੇ ਆਪਣੇ ਕੋਲ, ਅਤੇ NOC ਤੁਹਾਨੂੰ ਮਤਲਬ ਤਾਂ ਮਿਲਦੀ ਜਦੋਂ ਸਾਰੇ ਕਲੀਅਰ ਕਾਗਜ਼ ਹੋਣ, ਠੀਕ ਹੈ? ਠੀਕ ਹੈ, ਠੀਕ ਹੈ ਜੀ। ਮਤਲਬ ਆਪਣੇ ਕੋਲ NOC ਮਿਲੂ, ਠੀਕ ਹੈ ਜੀ। ਇੱਕ ਆਪਣੀ ਗੱਡੀ ਦੀ ਕੰਡੀਸ਼ਨ ਬਾਰੇ ਜੋ ਦੱਸੋ ਆਪਣੇ ਦਰਸ਼ਕਾਂ ਨੂੰ। ਵੀਰੇ ਆਪਣੀ ਮੇਜਰ ਐਕਸੀਡੈਂਟ ਕੋਈ ਗੱਡੀ ਨਹੀਂ ਹੋਊਗੀ ਆਪਣੀ, ਇਹ ਆਪਣੀ ਜ਼ਿੰਮੇਵਾਰੀ ਹੈ, ਠੀਕ ਹੈ ਜੀ? ਕੋਈ ਵੀ ਗੱਡੀ ਐਕਸੀਡੈਂਟ ਨਿਕਲਿਆ ਹੋਵੇ ਆਪਾਂ ਬੈਠੇ ਹਾਂ, ਠੀਕ ਹੈ? ਠੀਕ ਹੈ। ਅਤੇ ਸਾਈਡਾਂ ਪੇਂਟ ਹੋ ਸਕਦੀਆਂ ਨੇ ਕਿਸੇ, ਆਪਾਂ ਉਹ ਆਪਾਂ ਦੱਸਾਂਗੇ ਪਹਿਲਾਂ ਅਗਲੇ ਨੂੰ ਵੀ ਇਹ ਗੱਡੀ ਦੇ ਸਾਈਡਾਂ ਪੇਂਟ ਨਹੀਂ। ਮਤਲਬ ਜੋ ਚੀਜ਼ ਆਪਾਂ ਦੱਸਾਂਗੇ ਯਾਰ ਉਹ ਚੀਜ਼ ਐਕਚੁਅਲ ਦੇ ਵਿੱਚ ਹੋਊਗੀ, ਹੈ ਨਾ ਜੀ? ਜੋ ਚੀਜ਼ ਆਪਾਂ ਦੱਸ ਰਹੇ ਹਾਂ ਉਹੀ ਹੋਊਗੀ, ਠੀਕ ਹੈ ਨਾ? ਜਿਹੜੀ ਕੋਈ ਗੱਡੀ ਰੀਜਨਲ ਹੈ ਜਾਂ ਕੋਈ ਸਾਈਡਾਂ ਪੇਂਟ ਵਾਲੀ ਹੈ ਉਹ ਤੁਹਾਨੂੰ ਪਹਿਲਾਂ ਦੱਸਿਆ ਜਾਊਗਾ, ਠੀਕ ਹੈ ਜੀ? ਅਤੇ ਬਾਕੀ ਇੱਕ ਆਪਣਾ ਨਾ ਕੰਟੈਕਟ ਨੰਬਰ ਅਤੇ ਆਪਣਾ ਪੂਰਾ ਐਡਰੈਸ ਵਿਦ ਸ਼ੋਪ ਦਾ ਨਾਮ ਇੱਕ ਵਾਰੀ ਜ਼ਰੂਰ ਦੱਸ ਦਿਓ ਆਪਣੇ ਦਰਸ਼ਕਾਂ ਨੂੰ। 99155 48 332 ਅਤੇ ਆਪਣੇ ਸ਼ੋਪ ਦਾ ਐਡਰੈਸ ਪ੍ਰੋਪਰ ਆਪਣਾ ਵੀਰੇ ਸੁੱਲਰ ਘਰਾਟ 'ਤੇ ਦੁਕਾਨ ਹੈ, ਘਰਾਟ 'ਤੇ ਬਾਥਕਾਰਬਜ਼ਾਰ, ਜਿਹੜਾ ਸੁੱਲਰ ਘਰਾਟ ਮਾਰਕੀਟ ਹੈ ਜੀ, ਮੇਨ ਰੋਡ ਹੈ ਸੰਗਰੂਰ ਟੂ ਪਾਤਰਾਂ ਦਾ ਮੇਨ ਹਾਈਵੇ ਹੈ, ਇੱਥੇ ਤੁਹਾਨੂੰ ਬਾਥਕਾਰਬਜ਼ਾਰ 'ਤੇ ਨਾਮ 'ਤੇ ਸ਼ੋਪ ਮਿਲੂਗੀ, ਇੱਥੇ ਤੁਸੀਂ ਪੁੱਛ ਵੀ ਸਕਦੇ ਹੋਗੇ, ਹੈ ਨਾ? ਅਤੇ ਬਾਕੀ ਤੁਹਾਨੂੰ ਸ਼ੋਪ 'ਤੇ ਆਹ ਵੀਰ ਜੀ ਮਿਲਣਗੇ, ਇੱਥੇ ਕਰਮਜੀਤ ਸਿੰਘ ਜੀ ਇਹਨਾਂ ਦਾ ਨਾਮ ਆ। ਸੋ ਇੱਕ ਛੋਟੀ ਜਿਹੀ ਕੁਐਰੀ ਹੋਰ ਹੁੰਦੀ ਆ, ਆਪਾਂ ਜਿੰਨੇ ਵੀ ਰੇਟ ਦੱਸੇ ਨੇ ਨਾ ਗੱਡੀਆਂ ਦੇ, ਆਪਾਂ ਨੂੰ ਕਸਟਮਰ ਨੂੰ ਲੱਗਦਾ ਕਿ ਫਿਕਸ ਪ੍ਰਾਈਜ਼ ਨੇ, ਇੱਕ ਵਾਰੀ ਇਹਨਾਂ ਦਾ ਡਾਊਟ ਜ਼ਰੂਰ ਕਲੀਅਰ ਕਰ ਦਿਓ। ਇਹਦੇ ਤੁਸੀਂ ਦੇਖੋ, ਤੁਸੀਂ ਗੱਡੀ ਪਸੰਦ ਕਰੋ, ਹੈ ਨਾ? ਗੱਡੀ ਪਸੰਦ ਆਉਂਦੀ ਆ ਆਪਾਂ ਬਹਿ ਕੇ ਗੱਲਬਾਤ ਕਰ ਲਾਂਗੇ, ਜਿੰਨੇ ਦੀ ਤੁਹਾਨੂੰ ਠੀਕ ਲੱਗੂਗੀ ਉਹ ਆਪਾਂ ਦੱਸਾਂਗੇ। ਮਤਲਬ ਡਿਸਕਾਊਂਟ ਮਿਲ ਸਕਦਾ ਜੇ ਆਪਣੇ ਚੈਨਲ ਦੇ ਥਰੂ ਵੀ ਜਿੰਨੇ ਵੀ ਆਉਂਦੇ ਆ। ਸੋ ਦੋਸਤੋ, ਜੇ ਤੁਸੀਂ ਆਪਣੇ ਚੈਨਲ ਦੇ ਥਰੂ ਵੇਖਦੇ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ। ਸੋ ਜੇ ਵੀਡੀਓ ਵਧੀਆ ਲੱਗੇ ਨਾ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ, ਅਤੇ ਜੀ ਮੇਰੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ। ਥੈਂਕ ਯੂ ਜੀ। ਸੋ ਇਹ ਇਹਨਾਂ ਦਾ ਬਾਥਕਾਰਬਜ਼ਾਰ, ਸਾਨੂੰ ਇਹ ਸ਼ੋਪ ਦੀ ਲੁੱਕ ਦੇਖਣ ਨੂੰ ਮਿਲੂਗੀ।